ਕਾਲਜ ਆਫ ਐਜੂਕੇਸ਼ਨ ਵੱਲੋਂ ਸੰਸਥਾ ਦੇ ਬਾਨੀ ਮੈਂਬਰ ਪੰਡਿਤ ਅਨੰਦ ਸਰੂਪ ਨੂੰ ਸਮਰਪਿਤ ਨੌਜਵਾਨ ਪੀੜ੍ਹੀ ਭਵਿੱਖ ਦਾ ਸਮਾਜ ਵਿਸ਼ੇ ਤੇ ਯਾਦਗਾਰੀ ਲੈਕਚਰ ਕਰਵਾਇਆ ਗਿਆ। ਇਸ ਮੌਕੇ ਨਾਮਵਰ ਚਿੰਤਕ ਅਤੇ ਸ਼੍ਰੋਮਣੀ ਪੱਤਰਕਾਰ ਸ੍ਰੀ ਜਤਿੰਦਰ ਪੰਨੂ ਨੇ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਆਗਾਜ਼ ਪੰਨੂ ਸਾਹਿਬ ਨੇ ਪੰਡਿਤ ਅਨੰਦ ਸਰੂਪ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਕੀਤਾ। ਸੰਸਥਾ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਮੌਕੇ ਸ੍ਰੀ ਪੰਨੂ ਵਰਗੀ ਹਸਤੀ ਦੀ ਆਮਦ ਨਾਲ ਸਾਡੇ ਸਾਰਿਆਂ ਦਾ ਹੌਸਲਾ ਵਧਿਆ ਹੈ। ਸੰਸਥਾ ਦੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਰਹੀ ਹੈ ਕਿ ਨੌਜਵਾਨ ਵਿਦਿਆਰਥੀਆਂ ਨੂੰ ਅਜਿਹੀਆਂ ਸ਼ਖਸੀਅਤਾਂ ਨਾਲ ਮਿਲਾਇਆ ਜਾਵੇ ਜਿਨ੍ਹਾਂ ਦੀ ਸਮਾਜ ਨੂੰ ਵੱਡੀ ਦੇਣ ਰਹੀ ਹੈ। ਲੜਕਾ ਲੜਕੀ ਨਹੀਂ ਹੋਵੇ ਜਿਹਨਾਂ ਦੇ ਹੱਥ 'ਚ ਮੋਬਾਈਲ ਨਾ ਹੁੰਦਾ ਹੋਵੇ, ਔਰ ਜਿਹਦੇ ਹੱਥ 'ਚ ਮੋਬਾਈਲ ਹੈ ਮੈਂ ਨਹੀਂ ਸਮਝਦਾ ਕੋਈ ਅਜਿਹਾ ਹੋਏਗਾ ਜੋ ਇਸ ਸ਼ਖਸੀਅਤ ਤੋਂ ਵਾਪਸ ਨਾ ਹੋਵੇ। ਔਰ ਜਿਸਨੇ ਇਹਨਾਂ ਨੂੰ ਸੁਣਿਆ ਹੈ, ਇਕੱਲੀ ਸੁਣਨ ਦੀ ਗੱਲ ਮੈਂ ਨਹੀਂ ਕਹਿੰਦਾ, ਵੈਸੇ ਤਾਂ ਇਹਨਾਂ ਇੰਨਾ ਸਪਸ਼ਟ ਗੱਲ ਕਰਦੇ ਨੇ, ਕੋਈ ਵਜ੍ਹਾ ਨਹੀਂ ਕਿ ਗੱਲ ਅਣਜਾਣ ਬੰਦੇ ਨੂੰ ਵੀ ਆਮ ਬੰਦੇ ਨੂੰ ਸਮਝ ਨਾ ਪਵੇ। ਸਭ ਦੀ ਸਮਝ ਪੈਂਦੀ ਹੈ, ਔਰ ਜਿਹੜਾ ਵੀ ਸੁਣਦਾ ਹੈ ਉਹਦੀ ਇਹ ਇੱਛਾ ਜ਼ਰੂਰ ਹੁੰਦੀ ਹੈ ਕਿ ਜਿੱਥੇ ਕਿਤੇ ਵੀ ਮੌਕਾ ਮਿਲੇ ਪੰਨੂ ਸਾਹਿਬ ਨਾਲ ਰੂਬਰੂ ਉਹਨੂੰ ਸਾਹਮਣੇ ਖੜ ਕੇ ਬੋਲਦਿਆਂ ਸੁਣੀਏ। ਇਹ ਸ਼ਖਸੀਅਤ ਮੈਨੂੰ ਵੀ ਅੱਜ ਪਹਿਲੀ ਵਾਰ ਮੌਕਾ ਮਿਲਿਆ ਹੈ ਇਹਨਾਂ ਦੇ ਨਾਲ ਆਹਮਣੇ ਸਾਹਮਣੇ ਹੋਣ ਦਾ, ਔਰ ਜੋ ਬੜੀ ਥੋੜੀ ਛੋਟੀ ਜਿਹੀ ਮਿਲਣੀ ਵਿੱਚ ਜੋ ਕੁਝ ਮੈਂ ਦੇਖਿਆ, ਜੋ ਸਮਝ ਸਕਿਆ, ਵੈਸੇ ਤਾਂ ਇਹਨਾਂ ਦੀ ਸ਼ਖਸੀਅਤ ਇਹਨਾਂ ਦੇ ਚਿਹਰੇ ਪਈ ਉਹ ਚੁੰਬਕੀ ਖਿੱਚ ਮੈਨੂੰ ਮਹਿਸੂਸ ਹੋਈ। ਕੋਲੇ ਬੈਠਣ ਦਾ ਮੌਕਾ ਮਿਲਿਆ, ਬੜੇ ਥੋੜੇ ਜਿਹੇ ਸਮੇਂ ਵਿੱਚ ਕੁਝ ਹੀ ਗੱਲਾਂ ਸਾਂਝੀਆਂ ਹੋਈਆਂ ਜਿਹੜੀਆਂ ਸ਼ਾਇਦ ਮੈਂ ਰਹਿੰਦੀ ਜ਼ਿੰਦਗੀ। ਆਪਣੇ ਸੰਬੋਧਨ ਵਿੱਚ ਸ੍ਰੀ ਪੰਨੂ ਨੇ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਅਤੇ ਭਵਿੱਖ ਦਾ ਸਮਾਜ ਵਿਸ਼ੇ 'ਤੇ ਬੜੀ ਬਰੀਕੀ ਨਾਲ ਚਾਨਣਾ ਪਾਇਆ। ਉਹਨਾਂ ਕਿਹਾ ਕਿ ਵਰਤਮਾਨ ਸਮੇਂ 'ਚ ਸਮਾਜ ਨੇ ਕਿਰਤ ਨੂੰ ਲਾਂਭੇ ਕਰ ਦਿੱਤਾ ਹੈ। ਮੈਂ ਜਦੋਂ ਆਉਣਾ ਸੀ ਮੈਨੂੰ ਡਾਕਟਰ ਅਨੰਦ ਪ੍ਰਕਾਸ਼ ਜੀ ਬਾਰੇ ਦੱਸਿਆ ਗਿਆ। ਮੈਂ ਬਹੁਤ ਦੇਰ ਪਹਿਲਾਂ ਇੱਕ ਵਾਰੀ ਉੱਥੇ ਬਰਨਾਲੇ ਆਇਆ ਸੀ ਅਤੇ ਉਦੋਂ ਉਹਨਾਂ ਦਾ ਜ਼ਿਕਰ ਸੁਣਿਆ ਸੀ। ਮੈਂ ਉਦੋਂ ਵੀ ਪੁੱਛਿਆ ਸੀ ਅਤੇ ਇਹ ਗੱਲ ਇਸ ਵਾਰੀ ਫਿਰ ਇੱਕ ਮਿੱਤਰ ਨੂੰ ਫੋਨ ਕਰਕੇ ਬਰਨਾਲੇ 'ਚ ਪੁੱਛੀ ਕਿ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ, ਅਤੇ ਉਹਨਾਂ ਨੇ ਸ਼ਖਸੀਅਤ ਬਾਰੇ ਕੁਛ ਗੱਲਾਂ ਜਿਹੜੀਆਂ ਮੈਨੂੰ ਥੋੜ੍ਹੀਆਂ ਜਿਹੀਆਂ ਦੱਸੀਆਂ। ਖਾਸ ਤੌਰ 'ਤੇ ਇਹ ਦੱਸਿਆ ਕਿ ਔਖੇ ਸਮਿਆਂ ਦੇ ਵਿੱਚ ਵੀ ਉਹ ਸਾਰੇ ਧਰਮਾਂ ਦਾ ਲੋਕਾਂ ਦਾ ਭਾਈਚਾਰਾ ਚਾਹੁੰਦੇ ਸਨ, ਅਤੇ ਮੈਨੂੰ ਫਿਰ ਇੱਕ ਬਜ਼ੁਰਗ ਪੰਜਾਬੀ ਕਵੀ ਜਿਹੜੇ ਇੰਗਲੈਂਡ ਗਏ ਅਤੇ ਉੱਥੇ ਹੀ ਰਹਿ ਗਏ, ਬਾਅਦ ਵਿੱਚ ਗੁਜ਼ਰ ਗਏ, ਲੱਖਾ ਸਿੰਘ ਜੌਹਰ ਉਹਨਾਂ ਦੀ ਕਵਿਤਾ ਦੀਆਂ ਲਾਈਨਾਂ ਯਾਦ ਆਈਆਂ, ਉਹ ਫਿਰਕੇ ਦਾਰੋ ਤਰਸ ਕਰੋ ਕਿੰਨਾ ਦੇ ਭੇਟ ਕਰਾਉਂਦੇ ਹੋ, ਜਿੱਥੇ ਸੂਈ ਵੀ ਨਾ ਸਿੰਜਰ ਦੀ ਤੁਸੀਂ ਮਿੱਤਰ ਮਿੱਥਾਂ ਵਿਤਕਰੇ ਪਾਉਂਦੇ ਹੋ, ਇਹਨਾਂ ਫਿਰਕੂ ਹੱਕ ਹਕੂਕਾਂ ਤੋਂ ਸਾਨੂੰ ਅਣਜਾਣ ਹੀ ਰਹਿਣ ਦਿਓ। ਹਿੰਦੂ ਸਿੱਖ ਬਣਿਆ ਜਾਂਦਾ ਨਹੀਂ, ਸਾਨੂੰ ਇਨਸਾਨ ਹੀ ਰਹਿਣ ਦਿਓ। ਕਿ ਲੱਖਾ ਸਿੰਘ ਜੌਹਰ ਵਰਗੀ ਦੂਜੀ ਸ਼ਖਸੀਅਤ ਉਹਨਾਂ ਦੀ ਯਾਦ ਦੇ ਵਿੱਚ ਮੈਨੂੰ ਬੋਲਣਾ ਪੈ ਰਿਹਾ ਹੈ। ਉਹ ਜਿੰਨੀ ਵੱਡੀ ਹਸਤੀ ਸਨ ਮੈਂ ਸ਼ਾਇਦ ਇਨਸਾਫ ਨਾ ਕਰ ਸਕਾਂ। ਤੁਹਾਡਾ ਕਾਲਜ ਉਹਨਾਂ ਨੇ ਉਦੋਂ ਸ਼ੁਰੂ ਕੀਤਾ ਜਦੋਂ ਮੈਂ ਅਜੇ ਸੁਖਨੀ ਸੰਭਾੜੀ 2 ਸਾਲ ਦਾ ਬੱਚਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਕੁਛ ਬਦਲ ਗਿਆ। ਮੈਨੂੰ ਦੱਸਿਆ ਗਿਆ ਕਿ ਕਾਲਜ ਸ਼ੁਰੂ ਕਰਨ ਵਾਲੇ ਬਹੁਤੇ ਲੋਕ ਆਪ ਪੜ੍ਹ ਨਹੀਂ ਸਨ ਸਕੇ, ਤੇ ਮੈਂ ਹੱਸਦਾ ਸੀਗਾ ਡਾਕਟਰ ਸਾਹਿਬ ਨੂੰ, ਮੈਂ ਕਿਹਾ ਇਸੇ ਕਰਕੇ ਤੁਸੀਂ ਉਹ ਬੰਦਾ ਸੱਦ ਲਿਆ ਜਿਹੜਾ ਪੜ੍ਹ ਨਹੀਂ ਸਕਿਆ, ਮੈਂ ਵੀ ਉਹਨਾਂ 'ਚ। ਤੁਸੀਂ ਕਾਲਜ ਦੇ ਵਿੱਚ ਪੜ੍ਹਦੇ ਬੱਚੇ ਇੱਥੇ ਬੈਠੇ ਹੋ, ਪੜ੍ਹਾਉਣ ਵਾਲੇ ਅਧਿਆਪਕ ਸਾਹਿਬਾਨ ਬੈਠੇ ਹੋ। ਮੈਂ ਉਹ ਬੰਦਾ ਸੀ ਜਿਹਦੇ ਕਰਮਾਂ ਵਿੱਚ ਕਾਲਜ ਜਾਣਾ ਨਹੀਂ ਸੀ ਲਿਖਿਆ, ਮੈਂ ਸਿਰਫ ਜ਼ਿੰਦਗੀ ਦੀ ਪੜ੍ਹਾਈ ਪੜ੍ਹੀ।
ਤੁਸੀਂ ਮੈਨੂੰ ਸਾਹਮਣੇ ਖੜਾ ਦੇਖਦੇ ਮੇਰਾ ਕਮੀਜ਼ ਹੈ, ਇਹ ਕਮੀਜ਼ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਲੋਕਾਂ ਸੁੱਤਿਆਂ ਤੋਂ ਤਾਰਿਆਂ ਦੀ ਛਾਵੇਂ ਕੋਈ ਕਿਸਾਨ ਖੇਤਾਂ ਚ ਹਲ ਵਾਹੁਣ ਗਿਆ ਸੀ। ਉਹਨੇ ਲੱਗ ਨੂੰ ਝੋਲੀ ਬੰਨ ਕੇ ਇੱਕ ਇੱਕ ਦਾਣਾ ਵੜੇਵੇਂ ਕੇਰੇ ਸਨ। ਫਸਲ ਵੱਡੀ ਹੋਈ ਤੇ ਘਰ ਦੀਆਂ ਕੁੜੀਆਂ ਨਹੀਂ ਹੋ ਸਕਦਾ, ਦੋ ਮਜ਼ਦੂਰ ਵੀ ਨਾਲ ਲਿਆਉਂਦੀਆਂ, ਹੁਣ ਉਹਨਾਂ ਨੇ ਨਰਮਾ ਚੁਣਿਆ ਸੀ। ਫਿਰ ਕਿਸੇ ਟਰੱਕ ਤੇ ਲੱਦ ਕੇ ਗੁਜਰਾਤ ਭੇਜਿਆ, ਉੱਥੇ ਕੱਪੜਾ ਬਣਿਆ ਸੀ। ਉਹ ਚੁਣਨ ਵਾਲੀਆਂ ਹੋਰ ਸਨ, ਟਰੱਕ ਬਣਾਉਣ ਵਾਲਾ ਹੋਰ, ਟਾਇਰਾਂ ਵਾਲਾ ਹੋਰ, ਚਲਾਉਣ ਵਾਲਾ ਹੋਰ, ਗੁਜਰਾਤ ਦੀ ਮਿਲ ਵਿੱਚ ਕੰਮ ਕਰਨ ਵਾਲਾ ਬੰਦਾ ਹੋਰ, ਇੱਥੇ ਦੁਕਾਨ ਤੇ ਲਿਆਉਣ ਵਾਲਾ ਹੋਰ, ਦੁਕਾਨਦਾਰ ਹੋਰ, ਕੈਂਚੀ ਕਿਸੇ ਹੋਰ ਥਾਂ ਤੋਂ ਬਣ ਕੇ ਆਈ, ਕੱਪੜਾ ਸਿਉਣ ਵਾਲੀ ਮਸ਼ੀਨ ਹੋਰ ਥਾਂ ਬਣੀ, ਧਾਗਾ ਹੋਰ ਥਾਂ, ਬਟਨ ਹੋਰ ਥਾਂ ਬਣਿਆ। ਸਾਡੇ ਸਮਾਜ ਦੀਆਂ ਇੰਨੀਆਂ ਨੁਕਰਾਂ ਦਾ ਹੱਥ ਲੱਗਾ ਕਿ ਅੱਜ ਜਤਿੰਦਰ ਪੰਨੂ ਤੁਹਾਡੇ ਸਾਹਮਣੇ ਆ ਕੁੜਤਾ ਪਾ ਕੇ ਖੜਾ ਨਹੀਂ, ਇਸ ਤੋਂ ਬਗੈਰ ਹੁੰਦਾ। ਮੈਂ ਉਹ ਸਾਰੇ ਸਮਾਜ ਦੇ ਅੱਗੇ ਸਿਰ ਝੁਕਾਵਾਂਗਾ ਕਿਉਂਕਿ ਉਹਦੀ ਕਿਰਤ ਨੇ ਮੈਨੂੰ ਲੋਕਾਂ ਨੂੰ ਸੁਣਾਇਆ। ਕਾਲਜ ਪ੍ਰਿੰਸੀਪਲ ਡਾਕਟਰ ਤਪਨ ਕੁਮਾਰ ਸਾਹੂ ਨੇ ਆਏ ਪ੍ਰਮੁੱਖ ਵਕਤਾ ਅਤੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਪ੍ਰੋਗਰਾਮ ਦੇ ਮਨ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਸੀਮਾ ਸ਼ਰਮਾ ਨੇ ਨਿਭਾਈ।